ਦੋਸਤੋ ਸੋਸ਼ਲ ਵੈਲਫੇਅਰ ਐਂਡ ਅਵੇਅਰਨੈਸ ਸੁਸਾਇਟੀ ਵੱਲੋਂ ਇੱਕ ਵਾਰੀ ਫੇਰ ਆਪਾਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਇਹ ਸਾਡੇ ਨਾਲ ਜੁੜੇ ਹੋਏ ਰਣਜੀਤ ਕੌਸ਼ਲ ਜੀ ਨੇ ਪਿੰਡ ਪਟਿਆੜੀਆਂ ਜਿਹੜਾ ਹੁਸ਼ਿਆਰਪੁਰ ਉਨਾ ਰੋਡ 'ਤੇ ਹੈਗਾ ਅਤੇ ਇਹਨਾਂ ਨੇ ਮੈਨੂੰ ਅੱਜ ਫੋਨ ਕੀਤਾ ਸੀਗਾ ਕਿ ਇੱਕ ਬਰਡ ਜਿਹੜਾ ਆਇਆ ਹੋਇਆ ਕਹਿੰਦੇ ਸ਼ਾਇਦ ਕੋਈ ਜਲ ਕੁੱਕੜੀ ਹੈ ਤਾਂ ਜੋ ਮੈਂ ਇਹਦੀ ਆਈਡੈਂਟੀਫਿਕੇਸ਼ਨ ਜਿਹੜੀ ਕਿ ਮੈਨੂੰ ਮਤਲਬ ਕਿ ਰਫ ਹੈ ਹਲੇ ਆਈਡੈਂਟੀਫਿਕੇਸ਼ਨ ਇਹ ਕੋਮਨ ਕੂਟ ਮਤਲਬ ਕਿ ਲੱਗਦੀ ਹੈ ਬਾਕੀ ਵਿਸ਼ੇਸ਼ਗਾਂ ਤੋਂ ਇਹਦੀ ਆਈਡੈਂਟੀਫਿਕੇਸ਼ਨ ਕਰਾਂਗੇ ਦੋਸਤੋ ਇਹਦੇ ਪਿੱਛੇ ਕੁਛ ਕੁੱਤੇ ਪਏ ਹੋਏ ਸੀਗੇ ਅਤੇ ਕੁੱਤਿਆਂ ਤੋਂ ਮਤਲਬ ਕਿ ਬਚਾ ਕੇ ਇਹਨਾਂ ਨੇ ਦੇਖਿਆ ਵੀ ਇਹਦੀ ਲੱਤ ਥੋੜ੍ਹੀ ਜਿਹੀ ਇੰਜਰਡ ਹੈਗੀ ਹੈ ਲੱਤ 'ਤੇ ਸੱਟ ਲੱਗੀ ਹੈ ਸ਼ਾਇਦ ਇਹਨਾਂ ਨੇ ਮੈਨੂੰ ਕਾਲ ਕੀਤੀ ਅਤੇ ਮੈਂ ਹੁਣੇ ਇਹਨਾਂ ਕੋਲ ਅੱਧੇ ਕੁ ਘੰਟੇ ਦੇ ਵਿੱਚ ਯਾਨੀ ਕਿ ਪਹੁੰਚ ਗਿਆ ਜੀ ਅਤੇ ਬਸ ਮੈਸੇਜ ਇਹੀ ਆ ਕਿ ਜਦੋਂ ਵੀ ਕਿਤੇ ਤੁਹਾਨੂੰ ਕੋਈ ਪੰਛੀ ਇੰਜਰਡ ਮਿਲੇ ਤਾਂ ਮੇਰਾ ਜਿਹੜਾ ਨੰਬਰ ਹੈਗਾ 8427003023 ਸਾਨੂੰ ਕਾਲ ਕਰ ਸਕਦੇ ਹੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੇ ਤੁਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮੇਰੀ ਕਾਲ ਨਹੀਂ ਲੱਗਦੀ ਤਾਂ ਤੁਸੀਂ ਡਿਪਾਰਟਮੈਂਟ ਆਫ ਫੋਰੈਸਟ ਐਂਡ ਵਾਈਲਡ ਲਾਈਫ ਪ੍ਰਜ਼ਰਵੇਸ਼ਨ ਜਿਹੜਾ ਕਿ ਹੁਸ਼ਿਆਰਪੁਰ ਡਿਵੀਜ਼ਨ ਹੈਗਾ ਉਹਨਾਂ ਨੂੰ ਕਾਲ ਕਰੋ ਤੁਸੀਂ ਕਿਸੇ ਵੀ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਹੈਗੇ ਹੋ ਤਾਂ ਤੁਹਾਡੇ ਨੇੜੇ ਦਾ ਜਿਹੜਾ ਡਿਪਾਰਟਮੈਂਟ ਆਫ ਵਾਈਲਡ ਲਾਈਫ ਐਂਡ ਫੋਰੈਸਟ ਪ੍ਰਜ਼ਰਵੇਸ਼ਨ ਦਾ ਜਿਹੜਾ ਵੀ ਡਿਵੀਜ਼ਨ ਹੈਗਾ ਉੱਥੇ ਦੇ DFO ਸਰ ਨੂੰ ਰੇਂਜ ਅਫਸਰ ਨੂੰ ਫੋਨ ਕਰੋ ਅਤੇ ਜਾਂ ਫਿਰ ਕੋਈ ਉੱਥੇ NGO ਬਰਡਸ ਦੇ ਰਿਲੇਟਡ ਕੰਮ ਕਰਦੀ ਹੈ ਦੋਸਤੋ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਵਡਮੁੱਲੇ ਪੰਛੀ ਹੁਣ ਜੇਕਰ ਇਹ ਮਾਈਗ੍ਰੇਟਰੀ ਬਰਡ ਜਿੱਦਾਂ ਕਿ ਕੁਛ ਮੇਰੀ ਰਫ ਆਈਡੈਂਟੀਫਿਕੇਸ਼ਨ ਹੈਗੀ ਆਇਆ ਅਤੇ ਆਪਾਂ ਮਤਲਬ ਕਿ ਇਹਨਾਂ ਪੰਛੀਆਂ ਦੀ ਸਹਾਇਤਾ ਕਰੀਏ ਜਿਹੜੇ ਆਪਣੇ ਪੰਛੀ ਇਹਨਾਂ ਦੀ ਵੀ ਸਹਾਇਤਾ ਕਰੀਏ ਮੈਂ ਹਮੇਸ਼ਾ ਦੋਸਤੋ ਇਹ ਕਹਿੰਦਾ ਹਾਂ ਪੰਛੀ ਜੀਵ ਬੂਟੇ ਯਾਰੋ ਜੰਗਲਾਂ ਦੇ ਗਹਿਣੇ ਨੇ ਮੁੱਕੇ ਜਦੋਂ ਸਾਰੇ ਉਦੋਂ ਬੰਦੇ ਵੀ ਨਾ ਰਹਿਣੇ ਨੇ ਅਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਰਣਜੀਤ ਕੌਸ਼ਲ ਜੀ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿੰਡ ਪਟਿਆੜੀਆਂ ਤੋਂ ਇਹਨਾਂ ਨੇ ਜਿਹੜਾ ਸਾਨੂੰ ਇਹ ਇਨਫੋਰਮੇਸ਼ਨ ਪਹੁੰਚਾਈ ਹੈ ਅਤੇ ਮੈਂ ਇਸ ਵੇਲੇ ਇਹਨਾਂ ਦੇ ਕੋਲ ਇਹ ਬਰਡ ਲੈਣ ਵਾਸਤੇ ਪਹੁੰਚਿਆ ਅਤੇ ਹੁਣ ਆਪਾਂ ਇਹਨੂੰ ਡਿਪਾਰਟਮੈਂਟ ਦੇ ਹਵਾਲੇ ਦੋਸਤੋ ਕਰ ਦੇਣਾ ਤਾਂ ਕਿ ਇਹਦਾ ਸਹੀ ਇਲਾਜ ਕਰਾ ਕੇ ਇਹਨੂੰ ਵਾਪਸ ਇਹਦੀ ਜਗ੍ਹਾ ਦੇ ਉੱਤੇ ਛੱਡਿਆ ਜਾਵੇ ਤਾਂ ਕਿ ਆਪਣੇ ਪਰਿਵਾਰ ਦੇ ਨਾਲ ਇਹ ਮਿਲ ਸਕੇ ਥੈਂਕ ਯੂ ਜੈ ਪ੍ਰਕਿਰਤੀ ਜੈ ਭਾਰਤ ਜੀ